humanity. Having love, compassion, empathy, and kindness make humans unique. Due to this quality of human, the earth becomes a peaceful and happy place to live in. ਅੱਜ ਦੇ ਸਮੇਂ ਤਾਂ ਇੱਕ ਇਨਸਾਨ ਦੂਜੇ ਦਾ ਗਲਾ ਵੱਢ ਕੇ ਅੱਗੇ ਵਧਣਾ ਚਾਹੁੰਦਾ ਹੈ ਨਾ ਤੇ ਆਪਸ ਵਿੱਚ ਪਿਆਰ ਰਿਹਾ ਤੇ ਨਾ ਹੀ ਦੂਜੇ ਦੇ ਦਿਲ ਵਿੱਚ ਦਰਦ ਯੈਸ ਯੂ ਆਰ ਰਾਈਟ ਦੈਟਸ ਵਾਈ ਇਟਸ ਹਿਊ ਇਨ ਕ੍ਰਾਈ ਐਵਰੀਵੇਅਰ ਹੇਟਰਡ ਹੈਜ਼ ਓਨ ਪਾਰਟ ਹਿਊਮੈਨਿਟੀ ਐਂਡ ਮੇਡ ਦਿਸ ਅਰਥ ਅ ਲਿਵਿੰਗ ਹੈਲ ਫਾਰ ਆਲ ਆਫ ਅਸ ਸਹੀ ਕਿਹਾ ਵਿਨਾਸ਼ਕਾਲ ਵਿਪਰੀਤ ਬੁੱਧੀ ਇਨਸਾਨ ਦਾ ਮਾਨਵਤਾ ਤੋਂ ਮੂੰਹ ਮੋੜਨਾ ਉਸ ਨੂੰ ਬਰਬਾਦੀ ਵੱਲ ਲੈ ਜਾ ਰਿਹਾ ਹੈ ਆਓ ਦੇਖਦੇ ਹਾਂ ਅੱਜ ਦੇ ਮਾਨਵਤਾ ਦੇ ਹਾਲਾਤ Life is precious
and the sole purpose of life is to serve humanity.